ਇਹ ਕਿ ਤੁਹਾਡਾ ਜਿਹੜੀ ਅਕਸ਼ੇ ਕੁਮਾਰ ਦੀ ਇਹ ਦੀ ਕੋਠੀ ਦੇ ਵਿੱਚ ਮੀਟਿੰਗ ਹੋਈ ਸੀ ਸੁਖਬੀਰ ਸਿੰਘ ਬਾਦਲ ਦੀ ਗੁਰਮੀਤ ਰਾਮ ਰਹੀਮ ਦੇ ਨਾਲ ਜਿਹੜੀ ਅਕਸ਼ੇ ਕੁਮਾਰ ਨੇ ਕਰਾਈ ਸੀ, ਜਿਹਦੇ 'ਚ ਡੀਲ ਹੋਈ ਸੀ ਕਿ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫ਼ੀ ਦਿੱਤੀ ਜਾਊਗੀ ਅਤੇ ਜਿਹੜੀ ਫਿਲਮ ਹੈ ਮਸੰਜਰ ਆਫ ਗੋਡ ਉਸ 'ਤੇ ਜਿਹੜੀ ਪਾਬੰਦੀ ਲੱਗੀ ਹੋਈ ਆ ਪਾਬੰਦੀ ਨੂੰ ਹਟਾਇਆ ਜਾਊ ਅਤੇ ਅਕਸ਼ੇ ਕੁਮਾਰ ਦੀ ਜਿਹੜੀ ਫਿਲਮ ਹੈ ਸਿੰਘ ਇਜ ਕਿੰਗ ਉਸ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਮੋਟ ਕੀਤਾ ਜਾਊ। ਸਾਲ 2015 ਵਿੱਚ ਹੋਏ ਬਾਇਬਲ ਗੋਲੀਕਾਂਡ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਗਠਿਤ SIT ਟੀਮ ਨੇ ਗਵਾਹ ਦੇ ਰੂਪ ਵਿੱਚ ਸੰਗਰੂਰ ਦੇ ਸਾਬਕਾ ਸਾਂਸਦ ਰਾਜਦੇਵ ਖਾਲਸਾ ਦੇ ਬਿਆਨ ਕਲਮਬੰਦ ਕੀਤੇ। ਰਾਜਦੇਵ ਖਾਲਸਾ ਅਤੇ SIT ਦੀ ਟੀਮ ਦੇ ਵਿਚਕਾਰ ਲਗਭਗ ਡੇਢ ਘੰਟਾ ਗੱਲਬਾਤ ਹੋਈ। ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਰਾਜਦੇਵ ਖਾਲਸਾ ਨੇ ਕਿਹਾ ਕਿ SIT ਦੀ ਟੀਮ ਨੇ ਬਹੁਤ ਹੀ ਗਹਿਰਾਈ ਨਾਲ ਪੁੱਛਗਿੱਛ ਕੀਤੀ ਹੈ। ਇਸ ਟੀਮ ਨੇ ਬਹੁਤ ਗਹਿਰਾਈ ਨਾਲ ਪੁੱਛਗਿੱਛ ਕੀਤੀ ਅਤੇ ਜਿਹੜਾ ਮੇਰਾ ਬਿਆਨ ਲਿਖਿਆ ਸਰੋਤਾਂ ਬਾਰੇ ਪੁੱਛਿਆ ਐਵੀਡੈਂਸ ਕੀ ਹੈ ਅਤੇ ਮੈਂ ਇਹਨਾਂ ਨੂੰ ਸੰਤੁਸ਼ਟ ਕਰਾਇਆ ਐਵੀਡੈਂਸ ਬਾਰੇ ਅਤੇ ਸਰੋਤਾਂ ਬਾਰੇ। ਇਹ ਕਿ ਤੁਹਾਡਾ ਜਿਹੜੀ ਅਕਸ਼ੇ ਕੁਮਾਰ ਦੀ ਇਹ ਦੀ ਕੋਠੀ ਦੇ ਵਿੱਚ ਮੀਟਿੰਗ ਹੋਈ ਸੀ ਸੁਖਬੀਰ ਸਿੰਘ ਬਾਦਲ ਦੀ ਗੁਰਮੀਤ ਰਾਮ ਰਹੀਮ ਦੇ ਨਾਲ ਜਿਹੜੀ ਅਕਸ਼ੇ ਕੁਮਾਰ ਨੇ ਕਰਾਈ ਸੀ, ਜਿਹਦੇ 'ਚ ਡੀਲ ਹੋਈ ਸੀ ਕਿ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫ਼ੀ ਦਿੱਤੀ ਜਾਊਗੀ ਅਤੇ ਜਿਹੜੀ ਫਿਲਮ ਹੈ ਮਸੰਜਰ ਆਫ ਗੋਡ ਉਸ 'ਤੇ ਜਿਹੜੀ ਪਾਬੰਦੀ ਲੱਗੀ ਹੋਈ ਆ ਪਾਬੰਦੀ ਨੂੰ ਹਟਾਇਆ ਜਾਊ ਅਤੇ ਅਕਸ਼ੇ ਕੁਮਾਰ ਦੀ ਜਿਹੜੀ ਫਿਲਮ ਹੈ ਸਿੰਘ ਇਜ ਕਿੰਗ ਉਸ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਮੋਟ ਕੀਤਾ ਜਾਊ ਕਿਉਂਕਿ ਉਸ ਦਾ ਵਿਰੋਧ ਹੋਇਆ ਸੀ ਅਤੇ ਇੱਕ ਸਬ ਇੰਸਪੈਕਟਰ ਦੀ ਉਸ ਦੇ ਵਿੱਚ ਮੌਤ ਵੀ ਹੋ ਗਈ ਸੀ। ਵਿਰੋਧ ਨੂੰ ਕੰਟਰੋਲ ਕਰਦੇ ਵਕਤ ਅੰਮ੍ਰਿਤਸਰ ਦੇ ਵਿੱਚ ਇਹ ਦੋ ਵੱਡੇ ਮਸਲੇ ਸੀਗੇ ਅਤੇ ਮੈਂ ਉਸਨਾਂ ਨੂੰ ਸਾਰੇ ਤੋਂ ਇਹ ਮੁੱਥ ਜਿਹੜਾ ਅਖੀਰਲੇ ਜਿਹੜਾ ਮੈਂ ਉਹ ਲਿਖਾਇਆ ਕਿ ਇਹ ਸਾਰੇ ਕਾਂਡ ਦੇ ਲਈ ਜਿਹਦੇ ਵਿੱਚ ਬਰਗਾੜੀ ਕਾਂਡ ਹੈ ਕਿਉਂਕਿ ਜਿਹੜਾ ਇਹ ਸਮਝੌਤਾ ਹੋਇਆ ਇਹੀ ਬਰਗਾੜੀ ਕਾਂਡ ਲਈ ਜ਼ਿੰਮੇਵਾਰ ਸੀ, ਇਹੀ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਲਈ ਜ਼ਿੰਮੇਵਾਰ ਸੀ। ਇਸ ਦੇ ਲਈ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਜਿਹੜਾ ਇਹਨਾਂ ਨੇ ਆਪਦਾ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਹੈ ਅਤੇ ਸੁਖਬੀਰ ਸਿੰਘ ਬਾਦਲ ਜਿਹੜਾ ਡਿਪਟੀ ਚੀਫ ਮਿਨਿਸਟਰ ਸੀ ਗ੍ਰਹਿ ਮੰਤਰੀ ਸੀ ਅਤੇ ਇਹ ਜਾਣੇ ਜਿਹੜੇ ਨੇ ਅਤੇ ਸੁਮੇਧ ਸਿੰਘ ਸੈਣੀ ਜਿਹੜਾ ਉਸ ਸਮੇਂ ਡਾਇਰੈਕਟਰ ਜਨਰਲ ਪੁਲਿਸ ਸੀ ਇਹ ਤਿੰਨੇ ਜਾਣੇ ਮੁੱਖ ਤੌਰ 'ਤੇ ਸ਼ਾਮਿਲ ਨੇ ਅਤੇ ਇਹ ਦੋਸ਼ੀ ਨੇ ਅਤੇ ਇਹ ਤਾਂ ਇਸ ਨੂੰ ਹੋਇਆ ਇਤਿਹਾਸ ਜਿਹੜਾ ਹੈ ਸਹੀ ਅਰਥਾਂ ਵਿੱਚ ਲਿਖਿਆ ਜਾ ਸਕਦਾ ਜੇ ਇਹ ਤਿੰਨਾਂ 'ਤੇ ਕਾਰਵਾਈ ਹੋਵੇ ਦੋਸ਼ੀ ਹੋ ਦੋਸ਼ੀ ਦਰਦਾਣੇ ਜਾਣ ਅਤੇ ਇਹਨਾਂ ਨੂੰ ਸਜ਼ਾ ਮਿਲੇ। ਮੁੱਖ ਗੱਲਾਂ ਇਹ ਸੀ ਕਿ ਅਕਸ਼ੇ ਕੁਮਾਰ ਦੀ ਕੋਠੀ ਕਿਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਹੋਈ ਅਤੇ ਇਹ ਮੀਟਿੰਗ ਕਿਉਂ ਕਰਾਈ ਗਈ। ਉਸ ਦੇ ਵਿੱਚ ਮੈਂ ਦੱਸਿਆ ਕਿ ਅਕਸ਼ੇ ਕੁਮਾਰ ਨੂੰ ਜਿਹੜੇ ਕਬੱਡੀ ਮੈਚ ਕਰਾਏ ਜਾ ਰਹੇ ਸੀ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਤੇ ਮੁੱਖ ਤੌਰ 'ਤੇ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਹਾਜ਼ਰ ਹੁੰਦਾ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਬਹੁਤ ਮੈਚਾਂ ਵਿੱਚ ਹਾਜ਼ਰ ਸੀ। ਉਸ ਨੂੰ ਪ੍ਰਮੋਟ ਕਰਨ ਲਈ ਇਹਨਾਂ ਨੇ ਅਕਸ਼ੇ ਕੁਮਾਰ ਨੂੰ ਕਿਰਾਏ 'ਤੇ ਲਿਆ, ਉਸ ਨੂੰ ਪੈਸੇ ਦਿੱਤੇ ਪੰਜਾਬ ਸਰਕਾਰ ਵੱਲੋਂ ਦਿੱਤੇ, ਉਹ ਪੇਮੈਂਟ ਦਿੰਦੇ ਸੀ। ਇਸ ਕਰਕੇ ਅਕਸ਼ੇ ਕੁਮਾਰ ਅਤੇ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਸਤੀ ਪੈ ਗਈ ਸੀ। ਉਸ ਦੋਸਤੀ ਦੇ ਦੌਰਾਨ ਇਹਨੇ ਸਿੰਘ ਇਜ ਕਿੰਗ ਜਿਹੜੀ ਹੈ ਫਿਲਮ ਉਹ ਉਸ ਨੂੰ ਪ੍ਰੋਡਿਊਸ ਕਰਿਆ ਅਕਸ਼ੇ ਕੁਮਾਰ ਨੇ। ਪੰਜਾਬ ਦੇ ਵਿੱਚ ਉਹਦਾ ਜ਼ਬਰਦਸਤ ਵਿਰੋਧ ਹੋਇਆ ਅਤੇ ਫਿਲਮ ਜਿਹੜੀ ਆ ਉਹ ਚੱਲ ਨਹੀਂ ਰਹੀ ਸੀ, ਬਹੁਤ ਮੁਸ਼ਕਲ ਬਣੀ ਹੋਈ ਸੀ। ਇੰਨੇ ਸਮੇਂ ਵਿੱਚ ਨਾਲ ਦੀ ਨਾਲ ਗੁਰਮੀਤ ਰਾਮ ਰਹੀਮ ਨੇ ਜਿਹੜੀ ਫਿਲਮ ਸੀ ਇਹ ਮਸੰਜਰ ਆਫ ਗੋਡ
ਮਸੰਜਰ ਆਫ ਡੋਟ ਜਿਹੜੀ ਹੈਗੀ ਆ ਉਹ ਪ੍ਰੋਡਿਊਸ ਕਰੀ ਅਤੇ ਉਹਦੇ ਮੁੱਖ ਸਰੋਤੇ ਪੰਜਾਬ ਦੇ ਵਿੱਚ ਸੀ ਜੇ ਮੁੱਖ ਤੌਰ 'ਤੇ, ਅਤੇ ਪੰਜਾਬ ਦੇ ਵਿੱਚ ਚਲਾਉਣਾ ਚਾਹੁੰਦਾ ਸੀ। ਉਹਨੂੰ ਅਰਬਾਂ ਰੁਪਈਆਂ ਦਾ ਘਾਟਾ ਪੈ ਰਿਹਾ ਸੀ ਕਿਉਂਕਿ ਸਿੱਖ ਪੰਥ ਦੀ ਵਿਰੋਧਤਾ ਕਾਰਨ ਪੰਜਾਬ ਸਰਕਾਰ ਨੂੰ ਉਸ 'ਤੇ ਪਾਬੰਦੀ ਲਾਉਣੀ ਪਈ ਸੀ। ਅਤੇ ਉਸ ਸਮੇਂ ਇਹ ਭਰਮ ਸੀਗਾ ਕਿ ਜਿਹਦੀ ਇਹ ਗੁਰਮੀਤ ਰਾਮ ਰਹੀਮ ਹਮਾਇਤ ਕਰ ਦੂਗਾ ਪੰਜਾਬ 'ਚ ਤਾਂ ਇਹ ਜਿਤਾ ਵੀ ਸਕਦਾ ਹੈ, ਹਰਾ ਵੀ ਸਕਦਾ। ਹਰੇਕ ਚੋਣ ਦੇ ਵਿੱਚ ਸੁਖਬੀਰ ਬਾਦਲ ਨੂੰ ਵੋਟਾਂ ਦਾ ਲਾਲਚ ਸੀ, ਇਹਨੂੰ ਅਕਸ਼ੇ ਕੁਮਾਰ ਨੂੰ ਆਪਦੀ ਫਿਲਮ ਦਾ ਲਾਲਚ ਸੀਗਾ ਸਿੰਘ ਇਜ ਕਿੰਗ ਦਾ, ਅਤੇ ਗੁਰਮੀਤ ਰਾਮ ਰਹੀਮ ਨੂੰ ਆਪਦੀ ਮਸੰਜਰ ਆਫ ਡੌਟ ਦਾ ਸੀ। ਇਹਨਾਂ ਦੇ ਇੰਟਰਸਟ ਸਾਂਝੇ ਹੋ ਗਏ। ਇਸ ਦੇ ਲਈ ਇਹ ਮੀਟਿੰਗ ਬੰਬਈ ਦੇ ਵਿੱਚ ਬਾਲੀਵੁੱਡ ਦੇ ਵਿੱਚ ਜਿਹੜਾ ਇਲਾਕਾ ਹੈ ਬਾਲੀਵੁੱਡ ਦੇ ਇਹਦੇ ਬਿਲਕੁਲ ਗਵਾਂਢ ਦੇ ਵਿੱਚ, ਜਿਹੜਾ ਅਕਸ਼ੇ ਕੁਮਾਰ ਦੇ ਗਵਾਂਢ ਦੇ ਵਿੱਚ ਗੁਰਮੀਤ ਰਾਮ ਰਹੀਮ ਨੇ ਆਪਣਾ ਠਹਿਰਨ ਵਾਲਾ ਸਥਾਨ ਬਣਾਇਆ ਹੋਇਆ ਸੀ ਅਤੇ ਇੱਥੇ ਅਕਸਰ ਆਉਂਦਾ ਰਹਿੰਦਾ ਸੀ ਬਾਲੀਵੁੱਡ ਦੇ ਵਿੱਚ, ਕਿਉਂਕਿ ਇਹਨੇ ਫਿਲਮ ਬਣਾ ਰਿਹਾ ਸੀ ਅਤੇ ਫਿਲਮ ਰਿਲੀਜ਼ ਕਰਨੀ ਸੀ। ਇਸ ਦੇ ਲਈ ਉੱਥੇ ਅਕਸਰ ਇਸ ਦਾ ਆਉਣ ਜਾਣ ਸੀ। ਉੱਥੇ ਅਕਸ਼ੇ ਕੁਮਾਰ ਨਾਲ ਵੀ ਦੋਸਤੀ ਹੋ ਗਈ, ਉੱਥੇ ਸੁਖਬੀਰ ਬਾਦਲ ਨੂੰ ਬੁਲਾਇਆ ਗਿਆ ਅਤੇ ਇਹ ਜਿਹੜੀ ਡੀਲ ਕੀਤੀ ਗਈ, ਸਾਨੂੰ ਵੋਟਾਂ ਪਵਾਈ ਅਤੇ ਅਸੀਂ ਤੇਰੀ ਫਿਲਮ ਜਿਹੜੀ ਅੱਜ ਜਿਹੜੀ ਗੱਲਬਾਤ ਹੋਈ ਹੈ ਉਹ ਕੀ ਕੁਐਸਚਨ ਹੋਏ ਤੁਹਾਨੂੰ? ਮੈਨੂੰ ਕੁਐਸਚਨ ਹੋਏ ਵੀ ਜਿਹੜਾ ਸੀ ਤੁਹਾਡਾ ਕੀ ਸਰੋਤ ਸੀਗਾ ਅਤੇ ਉਹ ਤੁਹਾਡਾ ਸਰੋਤ ਕੀ ਸੀ, ਉੱਥੇ ਕਿਵੇਂ ਇਹ ਮੀਟਿੰਗ ਹੋਈ, ਕਿੰਨੀ ਤਰੀਕ ਨੂੰ ਮੀਟਿੰਗ ਹੋਈ, ਕਿਵੇਂ ਮੀਟਿੰਗ ਹੋਈ, ਕੌਣ ਕੌਣ ਹਾਜ਼ਰ ਸੀ, ਕਿਹਦੇ ਕਹਿਣ 'ਤੇ ਇਹ ਮੀਟਿੰਗ ਹੋਈ, ਕਿਉਂਕਿ ਗੱਲਾਂ ਜਿਹੜੀਆਂ ਵਿਚਲੀਆਂ ਨੇ ਜਿਹੜੇ ਬਿਆਨ ਦਾ ਹਿੱਸਾ ਬਣ ਗਈਆਂ, ਇਹ ਕਈ ਗੁਪਤ ਗੱਲਾਂ ਨੇ ਉਹ ਮੈਂ ਕਾਨੂੰਨੀ ਤੌਰ 'ਤੇ ਦੱਸ ਨਹੀਂ ਸਕਦਾ ਹੁੰਦਾ। ਖਾਲਸਾ ਜੀ, ਗੱਲ ਇਹ ਹੈ ਵੀ ਉਹ ਮੁੱਕਰ ਗਏ ਨੇਗੇ, ਅਕਸ਼ੇ ਕੁਮਾਰ ਵੀ ਮੁੱਕਰ ਗਿਆ, ਸੁਖਬੀਰ ਵੀ, ਸਾਡੀ ਕੋਈ ਮੀਟਿੰਗ ਨਹੀਂ ਹੋਈ, ਐਜ ਏ ਕਾਨੂੰਨਦਾਨ ਕੀ ਸਮਝਦੇ ਤੁਹਾਡੀ ਗਵਾਹੀ ਇਸ ਇਹਦੇ ਵਿੱਚ ਕਿੰਨੀ ਅਸਰਦਾਰ ਰਹੂ? ਦੇਖੋ ਮੇਰੀ ਗੱਲ ਸੁਣੋ ਕਿ ਮੁੱਕਰਨ ਨਾਲ ਕੋਈ ਫਰਕ ਨਹੀਂ ਪੈਂਦਾ, ਜਿੰਨੇ ਵੀ ਕੇਸ ਚੱਲਦੇ ਆ ਭਾਵੇਂ ਕਤਲ ਦਾ ਹੋਵੇ, 307 ਦਾ ਹੋਵੇ, ਕੋਈ ਵੀ ਹੋਵੇ, ਜਿਹੜੇ ਅਦਾਲਤਾਂ ਵਿੱਚ ਕੇਸ ਚੱਲਦੇ ਆ ਸਾਰੇ ਦੋਸ਼ੀ 100% ਮੁੱਕਰੇ ਹੁੰਦੇ ਆ। ਕਿਸੇ ਨੇ ਅੱਜ ਤੱਕ ਤਸਲੀਮ ਨਹੀਂ ਕਰਿਆ ਹਾਂ ਜੀ ਮੈਂ ਆਹ ਜੁਰਮ ਕੀਤਾ ਇਸ ਦੇ ਲਈ ਮੈਨੂੰ ਸਜ਼ਾ ਦਿੱਤੀ ਜਾਵੇ, ਕਿਉਂ ਇਹ ਮੁੱਕਰਨਾ ਤਾਂ ਬਿਲਕੁਲ ਮਾਇਨੇ ਨਹੀਂ ਰੱਖਦਾ। ਜਿਹੜਾ ਚੋਰ ਹੁੰਦਾ, ਜਿਹੜਾ ਦੋਸ਼ੀ ਹੁੰਦਾ, ਉਹਨੇ ਮੁੱਕਰਨਾ ਹੀ ਹੁੰਦਾ, ਉਹਨਾਂ ਨੇ ਮੁੱਤਰਨਾ ਸੀ ਉਹ ਮੁੱਤਰ ਜੇ, ਉਹਨਾਂ ਦੇ ਮੁੱਤਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਭ ਤੋਂ ਸੌਖਾ ਇਹ ਹੁੰਦਾ ਜੀ ਮੈਂ ਤਾਂ ਕਿਸੇ ਨੂੰ ਜਾਣਦਾ ਨਹੀਂ, ਨਾ ਮੈਂ ਮਰਨ ਵਾਲੇ ਨੂੰ ਜਾਣਦਾ, ਨਾ ਮਰਵਾਉਣ ਵਾਲੇ, ਮੈਂ ਤਾਂ ਜੀ ਮੈਨੂੰ ਤਾਂ ਪਤਾ ਨਹੀਂ ਹੈ ਕਿਹੜਾ ਉਹ, ਐਂ ਚਾਹੇ ਕਿ ਅਗਲਾ ਹਰੇਕ ਆਪਦਾ ਪਿੰਡਾ ਛੁਡਾਉਂਦਾ, ਪਰ ਉਹ ਪਿੰਡਾ ਛੁੱਟਦਾ ਨਹੀਂ ਹੁੰਦਾ, ਜਿੰਨਾ ਉਹ ਭੱਜਦਾ ਉਹਨਾਂ ਉਹ ਉਸ ਦੇ ਨੇੜੇ ਆਈ ਜਾਂਦਾ। ਕਿ ਡੇਰਾ ਮੁਖੀ ਤੋਂ ਵੀ ਇਹਦੇ 'ਚ ਪੁੱਛਗਿੱਛ ਕਰਨੀ ਚਾਹੀਦੀ ਹੈ ਜੀ? ਲਾਜ਼ਮੀ ਕਰਨੀ ਚਾਹੀਦੀ ਹੈ, ਡੇਰਾ ਮੁਖੀ ਤਾਂ ਇਹਦੇ 'ਚ ਮੁੱਖ ਜਿਹੜਾ ਹੈਗਾ ਮੁਲਜ਼ਮ ਹੈ। ਦੇਖੋ ਇੱਕ ਗੱਲ ਤਾਂ ਇਹ ਹੈ ਕਿ ਡੇਰਾ ਮੁਖੀ ਤਾਂ ਸਿੱਖ ਹੈ ਹੀ ਨਹੀਂ, ਡੇਰਾ ਮੁਖੀ ਨੇ ਤਾਂ ਆਪਦਾ ਮਜ਼ਹਬ ਚਲਾ ਰੱਖਿਆ ਸੀ, ਉਹ ਉਸ ਮਜ਼ਹਬ ਨੂੰ ਚਲਾ ਰਿਹਾ ਸੀ, ਉਹਦੇ ਨਾਲੋਂ ਵੱਡੇ ਦੋਸ਼ੀ ਉਹ ਨੇ ਜਿਹੜੇ ਪੰਥ ਦੇ ਨਾਂ 'ਤੇ ਵੋਟਾਂ ਲੈਂਦੇ ਰਹੇ, ਪੰਥ ਦੇ ਨਾਂ 'ਤੇ ਰਾਜ ਕਰਦੇ ਰਹੇ, ਅਤੇ ਪੰਥ ਦੇ ਨਾਂ 'ਤੇ ਜਾ ਕੇ ਉਹ ਸਾਜਬਾਜ ਕਰਦੇ ਆ, ਉਹ ਡੇਰਾ ਮੁਖੀ ਨਾਲ, ਡੇਰਾ ਮੁਖੀ ਥੱਲੇ ਬਿਠਾਉਂਦਾ ਉਹਨਾਂ ਨੂੰ, ਉਹ ਉੱਤੇ ਬਹਿੰਦਾ, ਉਹਦੇ ਬਚਨ 'ਚ ਲੈਂਦੇ ਆ, ਫੋਟੋਆਂ 'ਚ ਆਉਂਦੇ ਆ ਥੱਲੇ ਬਹਿ ਕੇ, ਅਤੇ ਉਸ ਦੇ ਨਾਲੋਂ ਕੌਣ ਹੋਰ ਜ਼ਿੰਮੇਵਾਰ ਹੋ ਸਕਦਾ? ਹੋਰ ਕੀ ਗੱਲਬਾਤ ਹੋਈ ਜੀ ਅੱਜ? ਗੱਲਬਾਤ ਇਹੀ ਹੋਈ ਕਿ ਬਹਿਬਲ ਚਲਾਂ ਜਿਹੜਾ ਗੋਲੀ ਕਾਂਡ ਹੈ ਅਤੇ ਇਹ ਜਿਹੜਾ ਬਰਗਾੜੀ ਬੇਅਦਬੀ ਹੈ ਕਿਵੇਂ ਹੋਈ, ਕਿਉਂਕਿ ਉਹ ਮਾਫ਼ੀਨਾਮਾ ਹੋ ਗਿਆ, ਇਹ ਪਹਿਲੇ ਵਾਰੀ ਹੋਇਆ ਸਿੱਖ ਇਤਿਹਾਸ 'ਚ, ਪਹਿਲਾਂ ਤਾਂ ਇਹ ਪਹਿਲੇ ਵਾਰੀ ਹੋਇਆ ਕਿ ਕਿਸੇ ਨੂੰ ਅਕਾਲ ਤਖ਼ਤ 'ਤੇ ਬੁਲਾਏ ਬਿਨਾਂ, ਹਾਜ਼ਰ ਹੋਏ ਬਿਨਾਂ, ਪੇਸ਼ ਹੋਏ ਬਿਨਾਂ ਮਾਫ਼ੀ ਦਿੱਤੀ। ਜਿਹੜਾ ਮਾਫ਼ੀਨਾਮਾ ਉੱਥੇ ਦਿੱਤਾ ਗਿਆ, ਚੰਡੀਗੜ੍ਹ ਦਿਖਾਇਆ ਗਿਆ, ਉਹ ਹਿੰਦੀ 'ਚ ਸੀ, ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਰਿਲੀਜ਼ ਕੀਤਾ ਗਿਆ ਉਹ ਪੰਜਾਬੀ 'ਚ ਸੀ। ਇਹ ਕਿਵੇਂ, ਮੈਂ ਉਸ ਦੇ ਵਿੱਚ ਬਿਆਨ ਜ਼ਿਕਰ ਕੀਤਾ ਵੀ ਕਿਵੇਂ ਬਦਲੇ, ਇਹ ਕਿਹਨੇ ਬਦਲੇ, ਪਹਿਲਾਂ ਹਿੰਦੀ 'ਚ ਸੀ ਫਿਰ ਪੰਜਾਬੀ 'ਚ ਸੀ, ਇਹ ਕਿਸ ਤਰ੍ਹਾਂ ਹੋ ਜੇ? ਦੂਸਰੀ ਗੱਲ ਫਿਰ ਜਦੋਂ ਮਾਫ਼ੀ ਨਾ ਪਹਿਲੇ ਵਾਰੀ ਹੋਇਆ ਕਿ ਦਿੱਤਾ ਹੋਇਆ ਮਾਫ਼ੀ ਜਿਹੜਾ ਹੈ ਉਹ ਰੱਦ ਕੀਤੀ ਜਾਵੇ, ਕਦੇ ਅੱਜ ਤੱਕ ਅਕਾਲ ਤਖ਼ਤ ਤੋਂ ਨਹੀਂ ਹੋਇਆ ਵੀ ਮਾਫ਼ੀ ਦੇ ਕੇ ਉਹਨੂੰ ਰੱਦ ਕੀਤੀ ਜਾਵੇ। ਜਾ ਰਹੇ ਨੇ ਬਦਲ ਕੇ ਉੱਥੋਂ ਮਾਫ਼ੀ ਮੰਗਣ,
ਸਾਰੀਆਂ ਗਲਤੀਆਂ ਦੀ ਜੀ, ਇਹਦੇ ਵਿੱਚ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਗਲਤੀ ਤਾਂ ਪਹਿਲਾਂ ਜਦੋਂ ਗਲਤੀ ਤਾਂ ਕੋਈ ਮੰਨੀਓ ਨਹੀਂ ਹੈ, ਇਹ ਤਾਂ ਸਿੱਖ ਧਰਮ ਦੇ ਸਿੱਖ ਪੰਥ ਦੇ ਜਨਰਲ ਡਾਇਰ ਨੇ ਜਿਨ੍ਹਾਂ ਸਿੱਖ ਪੰਥ ਨੂੰ ਤਬਾਹ ਕੀਤਾ, ਉਹ ਇਹ ਬਾਦਲ ਪਰਿਵਾਰ ਨੇ ਕੀਤਾ। ਸਿੱਖ ਪੰਥ ਦੇ ਇਹ ਮੰਨੇ ਪਰਮੰਨੇ ਦੋਖੀ ਨੇ। ਡੇਰਾਵਾਦ ਨੂੰ ਪੰਜਾਬ ਦੇ ਵਿੱਚ ਇਹਨਾਂ ਨੇ ਵਧਾਵਾ ਦਿੱਤਾ, ਫਿਰ ਇਹਨਾਂ ਨੇ ਨਿਰੰਕਾਰੀ ਕਾਂਡ ਵੇਲੇ 13 ਸਿੱਖਾਂ ਨੂੰ ਸ਼ਹੀਦ ਕਰਾਇਆ, ਫਿਰ ਜਿੱਥੇ ਵੀ ਡੇਰਾਵਾਦ ਹੁੰਦਾ ਰਿਹਾ ਇਹ ਗੋਲੀ ਚਲਾਉਂਦੇ ਰਹੇ ਹੈ, ਇਹਨਾਂ ਦੇ ਰਾਜ 'ਚ ਇਹ ਪੁਆੜੇ ਪੈਂਦੇ ਰਹੇ ਹੈ। ਇਹਨਾਂ ਨੇ ਇੱਕ ਵੀ ਦੂਸਰਾ ਡੇਰੇ ਵਾਲਾ ਕਿਸੇ 'ਤੇ ਗੋਲੀ ਨਹੀਂ ਚਲਾਈ, ਕਿਸੇ ਨੂੰ ਮਾਰਿਆ ਨਹੀਂ, ਸਾਰੇ ਸਿੱਖ ਮਾਰੇ ਗਏ ਹੈ ਹੁਣ ਤੱਕ ਜਿੰਨੇ ਹੈ। ਸਰਸੇ ਵਾਲਿਆਂ ਨੇ ਕਈ ਦਿਨ ਤੱਕ ਸੜਕਾਂ ਜਾਮ ਰੱਖੀਆਂ ਪੰਜਾਬ ਦੀਆਂ, ਅਤੇ ਬੱਸਾਂ ਵੀ ਸਾੜੀਆਂ, ਕਿਸੇ ਇੱਕ ਥਾਂ 'ਤੇ ਨਾ ਲਾਠੀਚਾਰਜ ਹੋਇਆ ਨਾ ਗੋਲੀ ਚੱਲੀ। ਗੋਲੀ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੱਖਾਂ 'ਤੇ ਚਲਾਤੀ ਬਹਿਬਲ ਚਲਾ। ਇਹਨਾਂ ਦਾ ਤਾਂ ਇਤਿਹਾਸ ਹੈ ਨਿਰੰਕਾਰੀ ਨੂੰ ਦੁਰਵਚਨ ਨੂੰ, ਜਿਹੜਾ ਸੀ ਇਹ ਛੱਡ ਕੇ ਆਇਆ ਸੀ ਪ੍ਰਕਾਸ਼ ਬਾਦਲ ਆਪਦੀ ਕਾਰ ਦੇ ਵਿੱਚ ਦਿੱਲੀ ਛੱਡ ਕੇ ਆਇਆ ਸੀ ਅੰਮ੍ਰਿਤਸਰ ਤੋਂ। ਲੱਗਦਾ ਹੁਣ ਜਿਹੜੀ SIT ਦੀ ਆ ਵੀ ਇਹਦੇ ਨਾਲ ਇਹਨਾਂ ਨੂੰ ਕੋਈ ਸਜ਼ਾ ਮਿਲ ਜੂਗੀ? ਦੇਖੋ ਮੇਰੀ ਗੱਲ ਸੁਣੋ, ਸਜ਼ਾ ਦਬਾਉਣੀ ਇਹ ਜਿਹੜੀ ਹੈ ਇੱਕ ਪੋਲੀਟੀਕਲ ਜਿਹੜੀ ਤਾਕਤ ਹੁੰਦੀ ਹੈ, ਇੱਕ ਸਿਆਸੀ ਤਾਕਤ ਹੁੰਦੀ ਹੈ, ਜਿਹੜਾ ਚੀਫ ਮਿਨਿਸਟਰ ਹੁੰਦਾ, ਜਿਹਦੀ ਕੈਬਨਿਟ ਹੁੰਦੀ ਹੈ, ਇਹ ਉਸ ਦੇ ਬਸ ਹੁੰਦਾ। ਪਰੰਤੂ ਇਸ ਗੱਲ 'ਤੇ ਮੈਂ ਪੱਕਾ ਹੈ ਕਿ ਇਹ ਇਮਾਨਦਾਰ ਅਤੇ ਨਿਰਪੱਖ ਅਫਸਰ ਨੇ ਦੋਵੇਂ, ਪ੍ਰਮੋਦ ਕੁਮਾਰ ADJP ਅਤੇ ਕਮਰ ਵਿਜੇ ਪ੍ਰਤਾਪ ਸਿੰਘ, ਮੰਨੇ ਪਰਮੰਨੇ ਨੇ, ਸਿਰਫ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਦੇ ਵਿੱਚ ਇਹਨਾਂ ਦੀ ਨਿਰਪੱਖਤਾ ਅਤੇ ਇਮਾਨਦਾਰੀ 'ਤੇ ਕੋਈ ਸ਼ੱਕ ਨਹੀਂ ਕਰ ਸਕਦਾ, ਅਤੇ ਇਹ ਆਪਦੀ ਰਿਪੋਰਟ ਦਰੁਸਤ ਦੇਣਗੇ। ਇਸ ਪ੍ਰਤੀ ਮੈਂ 100% ਮੈਂ, ਬਾਕੀ ਅੱਗੇ ਸਰਕਾਰ ਕੁਛ ਕਰੂਗੀ ਕਿ ਮਿਲੇ ਹੀ ਰਹਿਣਗੇ ਆਪਸ ਦੇ ਵਿੱਚ ਇਹ ਦੋਵੇਂ ਜਿਹੜੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ, ਉਹ ਇੱਕ ਵੱਖਰੀ ਗੱਲ ਹੈ।